ਫਾਜ਼ਿਲਕਾ ਤੋਂ ਲੁਧਿਆਣਾ ਸ਼ੋਪਿੰਗ ਦੇ ਲਈ ਗਈ ਪਤਨੀ ਹੋ ਗਈ ਸੀ ਗਾਇਬ। ਪਤੀ ਨੇ 3 ਮਹੀਨਿਆਂ ਬਾਅਦ ਕੀਤਾ ਬਰਾਮਦ। ਫਾਜ਼ਿਲਕਾ ਦੇ ਰੇਗਰ ਚੌਕ ਮੁਹੱਲੇ ਦੀ ਰਹਿਣ ਵਾਲੀ ਇੱਕ ਮਹਿਲਾ ਆਪਣੇ ਪਤੀ ਦੇ ਨਾਲ ਲੁਧਿਆਣਾ ਸ਼ੋਪਿੰਗ ਕਰਨ ਗਈ ਸੀ, ਉੱਥੋਂ ਉਹ ਗਾਇਬ ਹੋ ਗਈ, ਜਿਸ ਦੀ ਭਾਲ ਪਤੀ ਵੱਲੋਂ ਕੀਤੀ ਗਈ ਲੇਕਿਨ ਪਤਨੀ ਨਹੀਂ ਮਿਲੀ। 3 ਮਹੀਨਿਆਂ ਬਾਅਦ ਜਦ ਪਤਨੀ ਪਤੀ ਨੂੰ ਦਿਖਾਈ ਦਿੱਤੀ ਤਾਂ ਉਸਦੇ ਵੱਲੋਂ ਪਤਨੀ ਨੂੰ ਫੜ ਲਿਆ ਗਿਆ ਅਤੇ ਉਸਦੇ ਨਾਲ ਜੋ ਵਿਅਕਤੀ ਸੀ ਉਹ ਫਰਾਰ ਹੋ ਗਿਆ। ਪਕੜੇ ਜਾਣ ਤੋਂ ਬਾਅਦ ਔਰਤ ਵੱਲੋਂ ਹਾਈਟੈਕ ਡਰਾਮਾ ਕੀਤਾ ਗਿਆ ਅਤੇ ਉਸਦੇ ਵੱਲੋਂ ਕਿਹਾ ਗਿਆ ਕਿ ਉਸਦਾ ਕਿਡਨੈਪ ਕਰ ਲਿਆ ਗਿਆ ਸੀ ਅਤੇ ਉਸਨੂੰ ਬਠਿੰਡਾ ਦੇ ਵਿੱਚ ਰੱਖਿਆ ਗਿਆ ਸੀ। ਉਸਨੂੰ ਕਿੱਥੇ ਰੱਖਿਆ ਗਿਆ ਇਸ ਦੇ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਹੁਣ ਉਹ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕਰ ਰਹੀ ਹੈ। ਹੁਣ ਇਸ ਮਾਮਲੇ ਦੇ ਵਿੱਚ ਕਿੰਨੀ ਸੱਚਾਈ ਹੈ ਤਾਂ ਜਾਂਚ ਦਾ ਵਿਸ਼ਾ, ਪੁਲਿਸ ਜਾਂਚ ਤੋਂ ਬਾਅਦ ਹੀ ਇਸ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਆਵੇਗੀ। ਮੈਂ ਆਪਦੇ ਘਰ ਵਾਲੇ ਨਾਲ ਘੁੰਮਣ ਗਈ ਸੀ, ਉੱਥੇ ਸੋਨੂੰ ਆਇਆ, ਉਹਨੇ ਮੈਨੂੰ ਗੱਲਾਂ ਬਾਤਾਂ 'ਚ ਲਾ ਲਿਆ ਅਤੇ ਲੈ ਗਿਆ। ਉੱਥੇ ਜਾ ਕੇ ਉਹਨੇ ਮੈਨੂੰ ਪਤਾ ਨਹੀਂ ਕਿੱਥੇ ਕਿਡਨੈਪ ਕਰਕੇ ਰੱਖ ਲਿਆ। ਅੱਜ ਮੈਂ ਇੱਥੇ ਆਈ ਤਾਂ ਫਿਰ ਮੇਰੇ ਘਰ ਵਾਲੇ ਨੇ ਮੈਨੂੰ ਛੁਡਾ ਲਿਆ। ਕਿਹੜੇ ਸ਼ਹਿਰ ਲੈ ਗਿਆ ਸੀ ਤੁਹਾਨੂੰ? ਹਾਂਜੀ, ਬਠਿੰਡੇ। ਕਿੰਨਾ ਸਮਾਂ ਉੱਥੇ ਰਹੇ ਤੁਸੀਂ? 3 ਮਹੀਨੇ। ਘਰ ਵਾਲੇ ਨਾਲ ਰਹਿਣਾ ਚਾਹੁੰਦੀ ਹਾਂ, ਮੈਂ ਚਾਹੁੰਦੀ ਹਾਂ ਉਹਨੂੰ ਸਜ਼ਾ ਦਿੱਤੀ ਜਾਵੇ। ਜਦੋਂ ਤੁਹਾਨੂੰ ਲੈ ਗਿਆ ਉਸ ਤੋਂ ਬਾਅਦ ਉੱਥੇ ਲਿਜਾ ਕੇ ਤੁਹਾਡੇ ਨਾਲ ਉਹਨੇ ਕੀ ਕੀਤਾ? ਕੋਈ ਗਲਤ ਕੰਮ ਕੀਤਾ ਜਾਂ ਕੋਈ ਵੈਸੇ ਤੁਹਾਨੂੰ ਰੱਖਿਆ ਜੀ ਉੱਥੇ? ਵੈਸੇ ਰੱਖਿਆ। ਕੋਈ ਕੁੱਟਮਾਰ ਵੀ ਕੀਤੀ ਤੁਹਾਡੇ ਨਾਲ ਉੱਥੇ? ਹਾਂਜੀ। ਵਜ੍ਹਾ ਰੰਜਿਸ਼ ਕੀ ਮੰਨਦੇ ਹੋ, ਕਿਉਂ ਤੁਹਾਨੂੰ ਲੈ ਗਿਆ ਸੀ ਉੱਥੇ? ਹਾਂਜੀ, ਕਿਉਂ ਲੈ ਗਿਆ ਸੀ ਉੱਥੇ ਉਹ? ਵਜ੍ਹਾ ਰੰਜਿਸ਼ ਕੀ ਮੰਨਦੇ? ਜੀ, ਉਹਦਾ ਵਿਆਹ ਨਹੀਂ ਹੁੰਦਾ, ਜਾਣ ਕੇ ਚਾਹੁੰਦਾ ਕਿ ਮੇਰੇ ਨਾਲ ਹੀ ਵੀ ਉਹਦਾ ਘਰ ਬਣ ਜੇ। ਮਤਲਬ ਤੁਹਾਡੇ ਦਬਾਅ ਪਾਉਂਦਾ ਰਿਹਾ ਉੱਥੇ ਜਾ? ਹਾਂਜੀ, ਉਹਦੇ ਮੰਮੀ ਡੈਡੀ ਵੀ। ਲੁਧਿਆਣੇ ਭੇਜਦਾ, ਮੈਂ ਚੱਲ ਲੁਧਿਆਣੇ ਰਾਜੀ ਖੁਸ਼ੀ ਰਹਿਣਗੇ। ਉੱਥੇ 2 ਮਹੀਨੇ ਦੇ 15-19 ਤਰੀਕ ਨੂੰ ਉੱਥੋਂ ਲੁਧਿਆਣੇ 12 ਵਜੇ ਦੁਪਹਿਰੇ ਗਾਇਬ ਹੋ ਗਈ, ਮੁੰਡੇ ਰੋਂਦੇ ਘਰੇ ਛੱਡ ਕੇ। ਅੱਜ ਸਾਨੂੰ ਅੱਜ ਕਾਬੂ ਆਈ ਹੈ, ਅਸੀਂ ਅੱਜ ਕੀਤਾ ਕਾਬੂ, 3 ਮਹੀਨੇ ਹੋ ਗਏ ਇਸ ਗੱਲ ਨੂੰ। ਅੱਜ ਕਿੱਥੋਂ ਮਿਲੇ? ਅੱਜ ਫਾਜ਼ਿਲਕਾ ਚੋਂ। ਤੁਹਾਨੂੰ ਕਿਉਂ ਪਤਾ ਲੱਗਿਆ? ਸਾਨੂੰ ਸੀਡ ਮਿਲ ਗਈ ਸੀ, ਇਹਦੇ ਸਹੁਰੇ ਜਿਹੜੇ ਹੈਗੇ ਸਹੁਰੇ ਬਣੇ ਨਵੇਂ, ਉਹਨਾਂ ਮਕਾਨ ਵਿੱਚ ਹੈ, ਉਹਦੇ ਪੈਸੇ ਲੈਣ ਵਾਸਤੇ ਆ ਰਹੇ ਸੀ ਅਤੇ ਸਾਨੂੰ ਪਤਾ ਲੱਗ ਗਿਆ, ਅਸੀਂ ਪਕੜ ਲਿਆ ਜੀ। ਨਵੇਂ ਸਹੁਰੇ ਬਣੇ ਨੇ, ਦੂਜਾ ਵਿਆਹ ਕਰਾਇਆ? ਦੂਜਾ ਵਿਆਹ ਭੱਜ ਕੇ ਨਾ ਗਈ ਹੈ। ਵਿਆਹ ਨਹੀਂ ਕਰਾਇਆ ਜੀ? ਜਿਹਦੇ ਨਾਲ ਭੱਜ ਕੇ ਗਈ, ਵਿਆਹ ਨਹੀਂ ਕਰਵਾਇਆ, ਉਹਨੇ ਭੱਜ ਕੇ ਚਲੀ ਗਈ ਉਹਦੇ ਕੋਲ। ਹੁਣ ਤੁਸੀਂ ਕੀ ਚਾਹੁੰਦੇ? ਅਸੀਂ ਇਨਸਾਫ ਯਾਦ ਹੀ ਕਰੇ, ਮਾਂ ਪਿਓ ਕੋਲ ਜਾਵੇ ਅਸੀਂ ਰੱਖਣਾ ਚਾਹੁੰਦੇ, ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ। ਇਹਦੇ ਮਾਪਿਆਂ ਨਾਲ ਗੱਲ ਹੋਈ ਤੁਹਾਡੀ? ਹਾਂਜੀ, ਮਾਪਿਆਂ ਨਾਲ ਗੱਲ ਹੋਈ ਹੈ। ਕੀ ਆ ਰਹੇ ਨੇ ਉੱਥੇ? ਹਾਂਜੀ, ਆਉਣਗੇ ਜੀ।